हेलो एंड वेलकम ऑडियो की हाल चाल छोटा सा स्वागत है एक और नए व्लॉग दे विच। हां भाई लाडी की करता टायर टूर खोली जाने की गल होगी भाई का तो नहीं तुसी जरदे साडे ट्रैक्टरां नु खलार के सड़ दंदे हो लाडी कहंदा मॉडिफिकेशन फॉलो करवानी डिटेल। अच्छा हुण की टूके पेंट करवाना सारा हिस्सा सा कोई लीक सी सारा कोई नहीं लीक लूक सारे पास बंद करवाना वा एक ब्रेक नहीं गाइस इते लगदे सी ते ब्रेकां दा काम करवाना इधर ले नहीं लगदे ना लाडी। हाँ इधरों सारी आ टूब टाप जी खोलनी पैनी है उधर मूहरे सेंटर पेन वो यार ग्रीस का तो मैट बनया पाया गारा ही है तो सारा कुछ सैट वैट करके फिर ही लगेंगे गाँ सी पहला मकैनिकल वाला काम करा ही नहीं लाडी यही सा कहने प्रेशर स्टेयरिंग तो नहीं कराने लगा की कराने लगा वा फिर दस तो दे तेरी वह बाबा फर्क है यार है ना है ना बाबा सारे फिल्टर बदलते गलासियां गलूसियां सीलां सूलां बाबा हुण इहना मैं कहिंदा बड़क मारे पूरी असीं स्टंट कराया करने इत्ते चुप करके दर गया फिर लाटी सह खर्चा हो रहा खर्चा हो रहा चल कोई नी खर्चा हो रहा पर जान पै रही एक बंदे का ना कमेंट आया सी लाडी कहता भाई खत्म होया पिया देख लाडी आ नहीं तू किया होना चाहिए हां हुण उड्डू ट्रैक्टर उड्डू उड्डू फर ला देने लाडी रंग मारने जाके शो से एक था कूट मार के नवा कट्टा लाडी का ना तो रखी लाडी ना रखी ਬੰਪਰ ਤੇ ਕੱਲ ਪ੍ਰਾਈਮਰ ਮਾਰਿਆ ਸੀਗਾ ਸੁੱਕ ਚੁੱਕਿਆ ਵਾ ਥੋੜਾ ਜਿਹਾ ਹਜੇ ਹਾਰਡ ਜਿਹਾ ਨਹੀਂ ਹੋਇਆ ਤੇ ਇਹਨੂੰ ਸਮੂਥ ਵੀ ਕਰਨਾ ਇਹਨੂੰ ਰੱਖ ਦਿਓ ਧੁੱਪੇ ਥੋੜਾ ਜਿਹਾ ਹੋਰ ਸਮੂਥ ਹੋ ਜਾਊਗਾ ਅੰਦਰ ਚੰਗੀ ਤਰ੍ਹਾਂ ਸੁੱਕ ਜੂ ਤੇ ਸ਼ੋ ਦਾ ਵੇਖਦੇ ਕੀ ਕਰਦੇ ਆ ਕੋਟ ਕਾਟ ਮਾਰ ਕੇ ਵੇਖਦੇ ਇੱਕ ਅੱਧਾ ਨੈਕਸਟ ਟ੍ਰਾਈ ਮੂਮੈਂਟ ਆਫ ਟਰੁੱਥ ਸੱਚ ਦਾ ਸਾਹਮਣਾ ਕਰਨਾ ਪਊਗਾ ਹੁਣ ਸਾਨੂੰ ਵੱਡੇ ਪੇਂਟਰਾਂ ਨੂੰ ਲੈ ਬਈ ਮਿੱਤਰਾ ਸ਼ੋ ਤਾਂ ਪੂਰੀ ਓਕੇ ਆ ਪ੍ਰਾਈਮਰ ਪ੍ਰੂਮਰ ਤੋਂ ਬਾਅਦ ਇਹਦਾ ਤਾਂ ਸਾਨੂੰ ਫਿੱਟ ਲੱਗਦੀ ਪਈ ਹੈ ਪੋਲੀ ਪੋਲੀ ਜੀ ਚੀਕਣੀ ਚੀਕਣੀ ਜੀ हाँ हूँ देखते हैं रंग रुंग नेड़े करके टूके टाके जिहड़ा वी लिया वा की बनता है लैट्स गो मित्रो मूहरे भाई सफाई कर देंगे गन की कंप्लेट नहीं आनी चाहिए कोई ठीक है अच्छा गन साफ होना दिखा आया तू यार तू यार दिल खराब करी जाना यार तू एवं डोली जाना यार पुराने जमाने ही चल आरछल अच्छा डलियां भी नंघ गया
ਫੌਜਾਂ ਡਲੇ ਵੀ ਲਾ ਕੇ ਲੰਘ ਗਈਆਂ ਬਥੇਰਾ ਕੋ ਚੱਲ ਗਿਆ ਤੂੰ ਚਪੇੜਿਆਂ ਵੇਲੇ ਸੀ ਆਹੋ ਚਪੇੜੇ ਪਹਿਲਾਂ ਸੀ ਉਹ ਤੋਂ ਬਾਅਦ ਦੇ ਲੈਵਲ ਦੱਸਦਾ ਮੈਂ ਤੂੰ ਪਹਿਲਾਂ ਗਾਲਾਂ ਨਾਲ ਲੜਦੇ ਹੁੰਦੇ ਸੀ ਠੀਕ ਆ ਉਦੋਂ ਵੀ ਸੀਗਾ ਉਦੋਂ ਅਸੀਂ ਜਿਹੜੇ ਹੁੰਦੇ ਆ ਰੰਗ ਕਰਦੇ ਹੁੰਦੇ ਸੀ ਸਿੱਖਿਆ ਹੋਏਗਾ ਉਦੋਂ ਹਾਂ ਨਾ ਉਦੋਂ ਰੰਗ ਥੋੜੋ ਆਏ ਥੋੜੋ ਹੁੰਦਾ ਸੀਗਾ ਉਦੋਂ ਪੱਤਿਆਂ ਨੂੰ ਘੋਟ ਕੇ ਹਰਾ ਰੰਗ ਬਣਾ ਲੈਣਾ ਅੱਛਾ ਨਾਲ ਗੁਲਾਬ ਨੂੰ ਰਗੜ ਲੈਣਾ ਹਾਂ ਰਗੜ ਕੇ ਹੋਲੀ ਵੇਲੇ ਮੂੰਹ ਦੇ ਮਲ ਨਾਲ ਹੁੰਦਾ ਠੀਕ ਆ ਉਦੋਂ ਗਾਲਾਂ ਦੇ ਲੜਦੇ ਹੁੰਦੇ ਬਾਈ ਹੁਣ ਤੂੰ ਕੰਮ ਕਰ ਰਿਹਾ ਯਾਰ ਜਿਹੜਾ ਜਿੰਦਗਾਂ ਗਾਲਾਂ ਕੱਢ ਦਿੰਦੇ ਉਹ ਜੰਗ ਜਿੱਤੇ ਸੱਚੀ ਬਾਈ ਯਾਰ ਹੁਣ ਤੂੰ ਕੰਮ ਕਰੇਗਾ ਕਿ ਨਹੀਂ ਪੇਂਟ ਕਰਤਾ ਸ਼ੁਰੂ ਦੱਸੋ ਕਰਾ ਬੰਦੀ ਗੱਲ ਬਾਤ ਤੂੰ ਗੱਲ ਬਾਤ ਤਾਂ ਸਿੱਕੇ ਤੋਂ ਪਤਾ ਲੱਗ ਨਹੀਂ ਨਹੀਂ ਐਦਾਂ ਹੀ ਪਤਾ ਲੱਗਦੀ ਜਾਂ ਉੱਕ ਥੋੜੀ ਥੋੜੀ ਚਮਕ ਤਾਂ ਬੰਦੀ ਪਰ ਰੰਗ ਥੋੜਾ ਜ਼ਿਆਦਾ ਪੈ ਹਣਾ ਹਾਂ ਹੋਵੇ ਪਾਣੀ ਤਾਂ ਚਰਸਾ ਹੀ ਬਣ ਗਏ ਹੋਵੇ ਉੱਤੇ ਵੀ ਐ ਇਹ ਰੰਗ ਕਿਹੜਾ ਉਕੇ ਨਹੀਂ ਨਹੀਂ ਕਿਹੜਾ ਕਹਿੰਦਾ ਯੂੰ ਗੱਡੀ ਵਾਲਾ ਕਿਹੜਾ ਕਹਿੰਦਾ ਜੀ ਸਵਿਫਟ ਗੱਡੀ ਨਾਮ ਦਾ ਪੇਂਟ ਤਾਂ ਕੀਤਾ ਸੀ ਪਰ ਨਾ ਪੇਂਟ ਕੁਛ ਜ਼ਿਆਦਾ ਗਾੜਾ ਹੋ ਗਿਆ ਸੀ ਠੀਕ ਹੈ ਇਹਦੇ ਕਾਰਨ ਨਾ ਇੱਥੇ ਧਰਾਲੇ ਜੇ ਪੈ ਗਏ ਸੀ ਠੀਕ ਹੈ ਅਤੇ ਉਹ ਸੈੱਟ ਹੋਇਆ ਉਹ ਥੋੜ੍ਹਾ ਲੱਕੀ ਕਰਕੇ ਗਿਆ ਲੱਕੀ ਪਤਲਾ ਪੁਤਲਾ ਕਰਕੇ ਸੀ ਦੋਨਾਂ ਨੇ ਲਾਈ ਸਕੀਮ ਅਤੇ ਆਹ ਸਾਡਾ ਸੈੱਟ ਆ ਇੱਥੇ ਇੱਕ ਥਾਂ ਪਿਆ ਸੀ ਧਰਾਲਾ ਇੱਕ ਉਹ ਉੱਥੇ ਪਏ ਸੀ ਦੋ ਬਸ ਅਤੇ ਹੁਣ ਇਹਨੂੰ ਦੂਰੇ ਕੋਟ ਦੇ ਵਿੱਚ ਕਵਰ ਕਰ ਲੈਣਾ ਇਹਨੂੰ ਥੋੜ੍ਹਾ ਸਮੂਥ ਕਰਨਾ ਬਸ ਇੱਥੋਂ ਬਾਕੀ ਬਈ ਪੇਂਟ ਬਹੁਤ ਸੋਹਣਾ ਸਮੂਥ ਸਮੂਥ ਹੁੰਦਾ ਪਿਆ ਵਾ ਸ਼ਾਈਨ ਵੀ ਬਹੁਤ ਸੋਹਣੀ ਅੱਜ ਪਹਿਲਾ ਕੋਟ ਹੀ ਆ ਅਤੇ ਦੂਜਾ ਵੱਜੂਗਾ ਫਿਰ ਸਿਰਾ ਹੋ ਜੂ ਕੰਮ ਪੂਰਾ ਘੈਂਟ ਕੰਮ ਹੋ ਰਿਹਾ ਬਸ ਆਹ ਜਿਹੜਾ ਹੋ ਗਿਆ ਨਾ ਥੋੜ੍ਹਾ ਜਿਹਾ ਇਹਦੇ ਨੇ ਥੋੜ੍ਹਾ ਜਿਹਾ ਦਿਲ ਜਿਹਾ ਦੁੱਖਣ ਲਾਤਾ ਸੀ ਬਟ ਇਹ ਵੀ ਕਰਤਾ ਸਾਫ਼ ਅਤੇ ਹੁਣ 1000 ਨੰਬਰ ਰੇਗ ਮਾਰ ਕੇ ਥੋੜ੍ਹਾ ਸੈੱਟ ਕਰ ਦੇਣਾ ਅਤੇ ਰੰਗ ਥੋੜ੍ਹਾ ਜਿਹਾ ਮੋਟਾ ਸੀ ਪਹਿਲਾਂ ਅਤੇ ਗੰਨ ਦੀ ਵੀ ਸੈਟਿੰਗ ਜੀ ਕਰਨ ਵਾਲੀ ਸੀ ਸੋ ਗੰਨ ਦੀ ਸੈਟਿੰਗ ਸ਼ੂਟਿੰਗ ਕਰ ਲਈ ਹੁਣ ਸਾਰਾ ਕੁਝ ਓਕੇ ਹੈ ਹੁਣ ਹੁੰਦਾ ਵੇਖਿਓ ਗਾਇਸ ਇਸ ਸ਼ੋਅ 'ਤੇ ਤਾਂ ਹੋ ਗਿਆ ਪੇਂਟ ਪਰ ਫਿਰ ਇੱਕ ਦੋ ਥਾਈਂ ਧਰਾਲੇ ਜੇ ਪੈ ਜਾਵੇ ਆ ਇੱਥੇ ਮਤਲਬ ਜਿੱਥੇ ਧਰਾਲੇ ਪਏ ਸੀ ਦੂਰਾ ਕੋਟ ਮਾਰਿਆ ਦੂਰਾ ਨਹੀਂ ਮਤਲਬ ਉਹਨਾਂ ਨੇ ਥਾਂ 'ਤੇ ਮਾਰਿਆ ਨਾ ਜਦੋਂ ਉਹ ਨਾਲ ਮੈਚ ਜਾਣੀ ਹੋਇਆ ਜਾਂ ਤਾਂ ਸੁੱਕ ਕੇ ਦੇਖਦੇ ਹਾਂ ਸੁਬਾਹ ਕੀ ਬਣਦਾ ਅਤੇ ਇਸ 'ਤੇ ਥੋੜ੍ਹੀ ਜਿਹੀ ਰਗੜਾਈ ਜੀ ਕਰਨੀ ਪੈਣੀ ਆ ਫਿਰ ਹੀ ਗੱਲ ਬਣੂਗੀ ਅਤੇ ਬਾਕੀ ਸ਼ੋਅ 'ਤੇ ਵੀ ਜਿਹੜੀ ਇੱਥੇ ਲੱਕੀ ਕਰਕੇ ਗਿਆ ਸੀ ਹੈ ਨਾ ਉਹਦੇ 'ਚ ਵੀ 3-4 ਥਾਈਂ ਬਾਅਦ 'ਚ ਧਰਾਲੇ ਪੈ ਗਏ ਸੀਗੇ ਅਤੇ ਉਹ ਵੀ ਖੁਰਚੇ ਆ ਅਤੇ ਉਹਨੂੰ ਵੀ ਬਰੀਕ ਰੇਗ ਮਾਰ ਮਾਰ ਕੇ ਸਾਫ਼ ਕਰਾਂਗੇ ਯਾਰ ਸੋ ਇਹ ਤਾਂ ਕੰਮ ਥੋੜ੍ਹਾ ਜਿਹਾ ਵੱਧ ਗਿਆ ਸੋ ਬਟ ਕੋਈ ਨਾ ਇਹਨੂੰ ਅਸੀਂ ਸੈੱਟ ਜ਼ਰੂਰ ਕਰ ਲਾਂਗੇ ਸਮੂਥਨੈਸ ਪੇਂਟ ਦੀ ਸ਼ਾਈਨ ਆ ਜਿਹੜੀ ਉਹ ਬਹੁਤ ਘੈਂਟ ਆਉਂਦੀ ਪਈ ਆ ਤੁਹਾਨੂੰ ਕੈਮਰੇ 'ਚ ਉਨੀ ਘੈਂਟ ਨਹੀਂ ਲੱਗਦਾ ਹੋਣਾ ਪਰ ਆਹ ਜਿਹੜੇ ਆਹ ਇੱਕ ਦੋ ਥਾਈਂ ਧਰਾਲੇ ਜੇ ਪਏ ਆ ਨਾ ਬਸ ਇੱਕ ਇੱਥੇ ਆ ਅਤੇ ਇੱਥੇ ਆ ਇਹ ਮੈਂ ਇੰਨਾ ਕੁ ਸਫਾਈ ਕੀਤੀ ਸੀ ਨਾ ਇਹਦੀ ਮੈਂ ਬਰੀਕ ਰੇਗ ਮਾਰਨ ਨਾਲ ਕਿ ਹੋ ਜੂ ਕਵਰ ਅਪ ਫਿਰ ਧਰਾਲੇ ਪੈ ਗਏ ਰੰਗ ਦੇ ਸੋ ਰੰਗ ਥੋੜ੍ਹਾ ਜਿਹਾ ਹੋਰ ਲਿਆਉਣਾ ਪੈਣਾ ਵਾ ਚੱਕ ਟੱਪਾ ਵੀ ਟਿੱਡਾ ਕੀਤਾ ਪਿਆ ਤੂੰ ਮਾਰ ਕੇ ਗਿਆ ਪੈਰੇ ਮੈਂ ਨਾ ਮਾਰਿਆ ਹੁਣ ਐਵੇਂ ਮੇਰਾ ਨਾਂ ਲਾਈ ਜਾਂਦਾ ਅਤੇ ਇਹ ਰੰਗ ਥੋੜ੍ਹਾ ਜਿਹਾ ਕੀ ਕਹਿੰਦੇ ਹੁੰਦੇ ਆ ਚੱਜ ਨਾਲ ਪਤਲਾ ਕਰਕੇ ਇਹਦਾ ਮਿਕਸਚਰ ਥੋੜ੍ਹਾ ਜਿਹਾ ਸੈੱਟ ਕਰਨ ਕੇ ਫਿਰ ਚਲਾਉਣਾ ਪਊਗਾ ਇੱਕ ਨਾ ਇਹਦਾ ਹੋਰ ਹੀ ਬਣੀ ਜਾਂਦੇ ਰੰਗ ਦੇ ਆਹ ਦੇਖੋ ਆਹ ਪਤਾ ਨਹੀਂ ਕੀ ਛਿੱਡੀਆਂ ਜਿਹੀਆਂ ਬਣ ਜਾਂਦੀਆਂ ਅਤੇ ਗੰਨ ਦੇ ਵਿੱਚ ਅੜ ਜਾਂਦੀਆਂ ਪਤਾ ਨਹੀਂ ਕੀ ਚੱਕਰ ਆ ਸੋ ਜਾਂ ਤਾਂ ਰੰਗ ਇਹ ਥੋੜ੍ਹਾ ਜਿਹਾ ਪੁਰਾਣਾ ਪੁਰਾਣਾ ਹੋਊਗਾ ਸੋ ਦੇਖਦੇ ਹਾਂ ਅੱਗੇ ਜਾ ਕੇ ਵੇਖਦੇ ਕੀ ਬਣਦਾ ਅਤੇ ਬਾਕੀ ਕੁਆਲਿਟੀ ਘੈਂਟ ਆ ਰਹੀ ਹੈ ਜੇ ਧਰਾਲੇ ਨਾ ਪੈਣ ਬਾਕੀ ਸਾਰਾ ਸੈੱਟ ਹੈ ਸਮੂਥ ਰੈਸ ਹੈ ਬਾਕੀ ਕੱਲ੍ਹ ਨੂੰ ਹਾਂ ਅਤੇ ਇਹ ਕੱਲ੍ਹ ਨੂੰ ਸੈੱਟ ਕਰ ਦੇਣਾ ਵਾ ਬਰੀਕ ਰੇਗ ਮਾਰ ਚੱਕ ਕੇ ਚੰਗੀ ਤਰ੍ਹਾਂ ਖੁਰਚ ਕੇ ਅਤੇ ਜਦੋਂ ਦੂਰਾ ਕੋਟ ਵੱਜੂਗਾ ਇਸ 'ਤੇ ਹੁਣ ਦੂਰਾ ਕੋਟ ਹੀ ਵੱਜੂਗਾ ਰੰਗ ਦਾ ਠੀਕ ਆ ਉਦੋਂ ਕਵਰ ਅਪ ਹੋ ਜਾਣਗੇ ਉਦੋਂ ਬਾਅਦ ਆਪਣਾ ਹੋਰ ਵੀ 17-17 ਵਾਲਾ ਉਹ ਵੀ ਮਾਰਨਾ ਅਤੇ ਸਾਰਾ ਸੈੱਟ ਕਰ ਲਾਂਗੇ ਕੋਈ ਨਾ ਮੁੰਡੇ ਸਿਰ ਨੀ ਝੁਕਾਉਂਦੇ ਮਾਰਨਾ ਮਨਜੂਰੇ ਆ ਬੰਦਾ ਮਾਰਨੇ ਦਾ ਕੰਮ ਸਾਡਾ ਦਸਤੂਰੇ ਆ ਗੱਲ ਕਰਦਾ ਆ ਪੂਰੀ ਜਿਹੜੀ ਕਹਿ ਦਵਾਂ ਪਹਿਲੀ ਕੰਮ ਹੌਲੀ ਹੌਲੀ ਕਰਾਂ ਕਰ ਦਾਣਾ ਹਣੇ ਕਹਿਲੀ ਮੁੰਡਾ ਪੱਟਿਆ ਰਗਾਨੇ ਤੇਰੀ ਨੋਜ਼ ਪੈਨ ਦਾ ਤੇਰਾ ਝੂਟੇ ਖਾਂਦਾ ਲੱਕ ਮੇਰਾ ਸੀਨਾ ਬੈਨ ਦਾ ਹੁਣ ਦੇ ਦੇ ਤੂੰ ਜਵਾਬ ਬਹੁਤਾ ਨੀ ਮੈਂ ਬੋਲਦਾ ਨੀ ਮੈਂ ਪੇਂਡੂ ਜਿਹਾ ਮੁੰਡਾ ਕੋਲੇ ਮੋਗੇ ਗੋਲਦਾ।